ਸਤਿ ਸ਼੍ਰੀ ਅਕਾਲ ਜੀ, ਆਈ ਐਮ ਡਾਕਟਰ ਪਰਮਜੀਤ ਸਿੰਘ ਕਾਲੋਂ ਫਰੋਮ ਅਮਦੀਪ ਗਰੁੱਪ ਆਫ ਹੋਸਪਿਟਲਸ। ਅਤੇ ਅੱਜ ਅਸੀਂ ਗੱਲ ਕਰਾਂਗੇ ਹਰਨੀਆਜ਼ ਬਾਰੇ। ਹਰਨੀਆਜ਼ ਐਕਚੁਅਲੀ ਹੁੰਦੇ ਕੀ ਨੇ ਐਂਡ ਇਹਨਾਂ ਦਾ ਡਾਇਗਨੋਸਿਸ ਕਿੱਦਾਂ ਕੀਤਾ ਜਾ ਸਕਦਾ, ਇਹਨਾਂ ਦੀ ਟ੍ਰੀਟਮੈਂਟ ਕੀ ਹੈਗੀ? ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗੇ ਜਿਹੜੇ ਸਾਡੇ ਪੇਟ ਦੀਆਂ ਲੇਅਰਸ ਹੁੰਦੀਆਂ ਨੇ, ਇਹ ਅੰਦਰੋਂ ਬਾਹਰ ਨੂੰ ਪਹਿਲਾਂ ਇੱਕ ਲੇਅਰ ਹੁੰਦੀ ਹੈ, ਅੰਦਰ ਪੈਰੀਟੋਨੀਅਮ ਜਿਹੜੀ ਕਿ ਸਾਡੀ ਇੰਟਸਟਾਈਨ ਦੇ ਸਭ ਤੋਂ ਕਲੋਜ਼ ਹੁੰਦੀ ਹੈ, ਦੈਨ ਮਸਲਸ ਹੁੰਦੇ ਨੇ, ਥਰਡ ਲੇਅਰ ਹੈ ਜਿਹਨੂੰ ਅਸੀਂ ਫੇਸ਼ੀਆ ਜਾਂ ਸ਼ੀਥ ਕਹਿੰਦੇ ਹਾਂ, ਐਂਡ ਸਭ ਤੋਂ ਬਾਹਰ ਇਹ ਸਕਿਨ ਹੁੰਦੀ ਹੈ। ਹੁਣ ਜਿਹੜਾ ਇਹ ਹਰਨੀਆ ਹੁੰਦਾ ਹੈ, ਜਿਹੜੇ ਮੈਂ ਤੁਹਾਨੂੰ ਲੇਅਰ ਦੱਸੀ ਹੈ ਸ਼ੀਥ ਜਾਂ ਫੇਸ਼ੀਆ, ਇਹਦੇ ਵਿੱਚ ਇੱਕ ਵੀਕਨੈਸ ਹੁੰਦੀ ਹੈ, ਕਮਜ਼ੋਰੀ ਹੁੰਦੀ ਹੈ, ਜਾਂ ਨੂੰ ਤੁਸੀਂ ਕਹੋ ਕਿ ਇੱਕ ਹੋਲ ਬਣ ਜਾਂਦਾ। ਉਹਦੇ ਥਰੂ ਜਿਹੜੇ ਪੇਟ ਦੇ ਔਰਗਨਸ ਨੇ ਉਹਦੇ ਥਰੂ ਜਦੋਂ ਪ੍ਰੋਟਿਊਡ ਬਾਹਰ ਕਰਦੇ ਨੇ, ਉਹਨੂੰ ਅਸੀਂ ਐਕਚੁਅਲ 'ਚ ਹਰਨੀਆ ਕਹਿੰਦੇ ਹਾਂ। ਇਹ ਕਿਸੇ ਤਰ੍ਹਾਂ ਦੀ ਕੋਈ ਗਰੋਥ ਜਾਂ ਕੋਈ ਇਹ ਰਸੌਲੀ ਨਹੀਂ ਹੈਗੀ, ਇਹ ਸਿੰਪਲ ਆਪਣੀ ਇੱਕ ਵੀਕਨੈਸ ਹੈ, ਐਂਡ ਉਹਦੇ ਵਿੱਚੋਂ ਬਾਡੀ ਔਰਗਨ ਉਹਦੇ ਵਿੱਚੋਂ ਪ੍ਰੋਟਿਊਡ ਕਰ ਰਿਹਾ ਹੁੰਦਾ। ਇਹ ਜਿਹੜਾ ਬਾਡੀ ਔਰਗਨ ਹੈ ਇਹ ਕੋਈ ਇੰਟਸਟਾਈਨ ਵੀ ਹੋ ਸਕਦੀ ਹੈ, ਜਾਂ ਓਮੈਂਟਮ ਜਿਹੜਾ ਪੇਟ ਦੇ ਅੰਦਰ ਵਾਲਾ ਫੈਟ ਹੁੰਦਾ, ਉਹ ਮੋਸਟ ਕਾਮਨਲੀ ਇਹ ਦੋ ਚੀਜ਼ਾਂ ਹੀ ਹਰਨੀਆ ਦੇ ਥਰੂ ਇਹ ਆਉਂਦੀਆਂ ਹੈਗੀਆਂ ਨੇ। ਹੁਣ ਇਹ ਹਰਨੀਆ ਹੁੰਦਾ ਕਿਉਂ ਹੈ? ਹਰਨੀਆ ਹੋਣ ਦੇ ਦੋ ਕਾਰਨ ਹੈ। ਫਸਟ ਇਜ਼ ਵੀਕਨੈਸ, ਜਿਹੜੀ ਸ਼ੀਸ ਦੀ ਵੀਕਨੈਸ ਹੈ, ਵੀਕ ਹੋ ਜਾਂਦੀ ਹੈ। ਐਂਡ ਸੈਕਿੰਡ, ਪੇਟ ਦੇ ਅੰਦਰ ਜਿਹੜਾ ਪ੍ਰੈਸ਼ਰ ਹੈ ਉਹ ਜਿਨ੍ਹਾਂ ਦੇ ਜ਼ਿਆਦਾ ਹੋਏਗਾ, ਕਈ ਕਾਰਨ ਹੈਗੇ ਨੇ, ਇੰਟਰ ਐਬਡੋਮਨਲ ਪ੍ਰੈਸ਼ਰ ਜ਼ਿਆਦਾ ਹੋਵੇ ਤਾਂ ਉਹਦੇ ਕਰਕੇ ਵੀ ਹਰਨੀਆਸ ਬਣ ਸਕਦੇ ਨੇ। ਜਿਹੜੀ ਵੀਕਨੈਸ ਹੈ ਐਬਡੋਮਨਲ ਵਾਲ ਦੀ, ਇਹ ਵੀ ਦੋ ਤਰੀਕੇ ਦੀ ਹੋ ਸਕਦੀ ਹੈ। ਇੱਕ ਹੈ ਇਨਹੈਰੀਟਿਡ, ਜਿਵੇਂ ਬੱਚਿਆਂ ਦੀ, ਛੋਟੇ ਬੱਚੇ ਨੇ, ਉਹਨਾਂ ਨੂੰ ਕਈ ਵਾਰ ਜਮਾਂਦਰੂ ਹੀ ਵੀਕਨੈਸ ਹੁੰਦੀ ਹੈ, ਉਹਨਾਂ ਦੇ ਜਮਾਂਦਰੂ ਵੀ ਉਹ ਹਰਨੀਆਸ ਹੋ ਸਕਦੇ ਨੇ। ਦੈਨ ਮੈਲਨਿਊਟ੍ਰੀਸ਼ਨ, ਬੱਚੇ ਮੈਲਨਿਊਟ੍ਰੀਸ਼ਨ ਨੇ ਜਾਂ ਵੱਡੇ ਵੀ ਮੈਲਨਿਊਟ੍ਰੀਸ਼ਨ ਨੇ, ਪ੍ਰੋਟੀਨ ਦੀ ਮੈਲਨਿਊਟ੍ਰੀਸ਼ਨ ਹੈਗੀ, ਉਹਦੇ ਕਰਕੇ ਬਾਡੀ ਵਾਲ ਵੀਕ ਹੋਏਗੀ, ਉਹਦੇ ਥਰੂ ਹਰਨੀਆ ਬਣ ਸਕਦੇ ਨੇ। ਜਾਂ ਫਿਰ ਓਲਡ ਏਜ ਦੇ ਵਿੱਚ ਵੀ ਮਸਲ ਜਿਉਂ ਜੋ ਵੀਕ ਹੁੰਦਾ ਜਾਂਦਾ, ਸ਼ੀਥ ਵੀਕ ਹੋ ਜਾਂਦੀ, ਉਹਦੇ ਥਰੂ ਵੀ ਹਰਨੀਆਸ ਬਣ ਸਕਦੇ ਨੇ। ਸੈਕਿੰਡ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸੈਕੰਡਰੀ ਕੋਜ਼ਸ। ਸੈਕੰਡਰੀ ਕੋਜ਼ਸ ਦੇ ਵਿੱਚ ਆਉਂਦਾ ਜਿਵੇਂ ਪੇਟ ਦਾ ਕੋਈ ਪਹਿਲਾਂ ਓਪਰੇਸ਼ਨ ਹੋਇਆ ਹੋਵੇ, ਜਾਂ ਪੇਟ ਦੇ ਵਿੱਚ ਕੋਈ ਐਕਸੀਡੈਂਟ ਜਾਂ ਕੋਈ ਸੱਟ ਲੱਗੀ ਹੋਵੇ, ਉਹਦੇ ਕਰਕੇ ਵੀ ਸ਼ੀਥ ਵੀਕ ਹੋ ਸਕਦੀ, ਤਾਂ ਉਹਦੇ 'ਚ ਹਰਨੀਆਸ ਬਣ ਸਕਦੇ ਨੇ। ਦੈਨ ਕੋਜ਼ਸ ਨੇ ਜਿਹਦੇ ਨਾਲ ਇੰਟਰ ਐਬਡੋਮਨਲ ਪ੍ਰੈਸ਼ਰ ਵੱਧਦਾ ਹੈਗਾ, ਤਾਂ ਉਹਦੇ ਨਾਲ ਜਿਹੜੇ ਪੇਟ ਦੇ ਅੰਦਰ ਦੇ ਔਰਗਨਸ ਨੇ ਉਹ ਬਾਹਰ ਨੂੰ ਪੁਸ਼ ਕਰਦੇ ਨੇ, ਤਾਂ ਉਹਦੇ ਨਾਲ ਵੀ ਹਰਨੀਆਂ ਹੋ ਸਕਦੀਆਂ, ਜਿਨ੍ਹਾਂ 'ਚ ਮੋਸਟ ਕਾਮਨ ਕੋਨਸਟੀਪੇਸ਼ਨ ਹੈ, ਜਿਹਨਾਂ ਨੂੰ ਕੋਨਸਟੀਪੇਸ਼ਨ ਰਹਿੰਦੀ ਹੈ, ਉਹਦੇ ਕਰਕੇ ਵੀ ਹਰਨੀਆਸ ਹੋ ਸਕਦੇ ਨੇ। ਜਿਨ੍ਹਾਂ ਨੂੰ ਕਰੋਨਿਕ ਕੋਫ ਕਫ ਰਹਿੰਦੀ ਹੈ, ਸਮੋਕਰਸ ਨੇ ਜਿਹਨਾਂ ਨੂੰ ਖਾਂਸੀ ਲਗਾਤਾਰ ਰਹਿੰਦੀ ਹੈ, ਉਹਦੇ ਕਰਕੇ ਵੀ ਇੰਟਰ ਐਬਡੋਮਨਲ ਪ੍ਰੈਸ਼ਰ ਵੱਧਦਾ, ਉਹਨਾਂ ਦੇ ਵਿੱਚ ਇਹ ਹਰਨੀਆਸ ਹੋ ਸਕਦੇ ਨੇ। ਮੋਟਾਪਾ ਹੈਗਾ, ਓਬੈਸਿਟੀ ਬੜਾ ਵੱਡਾ ਕਾਰਨ ਹੈ, ਉਹਦੇ ਕਰਕੇ ਓਬੈਸਿਟੀ ਦੇ ਨਾਲ ਵੀ ਉਹਨਾਂ ਏਰੀਆ ਦੀ ਵੀਕਨੈਸ ਹੋ ਜਾਂਦੀ ਹੈਗੀ ਹੈ, ਜਾਂ ਜਿਹੜੇ ਹੈਵੀ ਲੋਡ ਜਿਹੜਾ ਚੁੱਕਣਾ ਪੈਂਦਾ, ਚਾਹੇ ਉਹਨਾਂ ਦਾ ਉਹ ਕੰਮ ਹੈ ਜਾਂ ਵੈਸੇ ਚੁੱਕਦੇ ਨੇ, ਉਹਦੇ ਕਰਕੇ ਵੀ ਹਰਨੀਆਸ ਹੋ ਸਕਦੇ ਹੈਗੇ। ਠੀਕ ਹੈ, ਇਹ ਹਰਨੀਆਸ ਪੇਟ ਦੇ ਵਿੱਚ ਕਿੱਥੇ ਹੈਗੇ ਨੇ, ਉਹਦੇ ਅਕੋਰਡਿੰਗਲੀ ਬੜੀ ਸਾਰੀਆਂ ਇਹਦੀਆਂ ਟਾਈਪਸ ਹੋ ਸਕਦੀਆਂ ਨੇ। ਏਰੀਆ ਦੇ ਹਿਸਾਬ ਨਾਲ ਇੰਗੁਇਨਲ ਹਰਨੀਆ ਮੋਸਟ ਕਾਮਨ ਹੁੰਦੇ ਨੇ, ਜਿਹੜੇ ਸਾਡੇ ਪੇਟ 'ਚ ਨੀਚੇ ਵਾਲੇ ਪਾਸੇ ਹੁੰਦੇ ਨੇ। ਦੈਨ ਐਂਬਲਾਈਕਲ ਹਰਨੀਆ, ਜਿਹੜੇ ਬੈਲੀ ਬਟਨ ਦੇ ਥਰੂ ਹਰਨੀਆ ਹੋ ਜਾਂਦਾ ਹੈ। ਦੈਨ ਫੈਮਰਲ ਹਰਨੀਆਜ਼ ਨੇ, ਐਂਡ ਇੰਸੀਜਨਲ ਹਰਨੀਆ ਨੇ, ਵੈਂਟਰਲ ਹਰਨੀਆਜ਼ ਨੇ, ਇਸ ਤਰ੍ਹਾਂ ਦੇ ਬਹੁਤ ਸਾਰੇ ਹਰਨੀਆਜ਼ ਨੇ। ਕੁਛ ਹਰਨੀਆ ਨੇ ਜਿਹੜੇ ਪੇਟ ਦੇ ਅੰਦਰ ਹੁੰਦੇ ਨੇ, ਜਿਹੜੇ ਸਾਨੂੰ ਬਾਹਰੋਂ ਫੀਲ ਨਹੀਂ ਹੁੰਦੇ, ਜਿਹਨਾਂ 'ਚ ਹੈਡਸ ਹਰਨੀਆ, ਡੈਫਰਗਮੈਟਿਕ ਹਰਨੀਆ, ਇਹ ਬਹੁਤ ਸਾਰੇ ਟਾਈਪ ਦੇ ਹਰਨੀਆਜ਼ ਹੈਗੇ ਨੇ। ਇਹਦੇ 'ਚ ਫਰਦਰ ਸਿਮਟਮਸ ਕੀ ਆਉਂਦੇ ਨੇ? ਪੇਸ਼ੈਂਟ ਨੂੰ ਯੂਜਲੀ ਇੱਕ ਸਵੈਲਿੰਗ, ਪੇਸ਼ੈਂਟ ਕੰਪਲੇਂਟ ਕਰੇਗਾ, ਇੱਕ ਸਵੈਲਿੰਗ ਹੁੰਦੀ ਹੈ ਜਿਹੜੀ ਕਿ ਖੜ੍ਹੇ ਹੋਣ 'ਤੇ ਜਾਂ ਕੋਈ ਹੈਵੀ ਲੋਡ ਚੁੱਕਣ ਦੇ ਉੱਪਰ ਸਵੈਲਿੰਗ ਅਪੀਅਰ ਹੋ ਜਾਂਦੀ ਹੈ। ਜਦੋਂ ਪੇਸ਼ੈਂਟ ਲੇਟੇਗਾ ਅਤੇ ਰਿਲੈਕਸ ਕਰੇਗਾ, ਉਹ ਸਵੈਲਿੰਗ ਗਾਇਬ ਹੋ ਜਾਂਦੀ ਹੈ ਜਾਂ ਉਹ ਘੱਟ ਜਾਂਦੀ ਹੈ। ਠੀਕ ਹੈ, ਇਹਦਾ ਕਾਰਨ ਇਹੀ ਹੁੰਦਾ ਕਿ ਜਦੋਂ ਖੜ੍ਹੇ ਹੁੰਦੇ ਅਸੀਂ, ਉਦੋਂ ਉਹ ਜਿਹੜੀ ਵੀਕਨੈਸ, ਜਿਹੜਾ ਹੋਲ ਬਣਿਆ ਹੋਇਆ, ਉਹਦੇ ਥਰੂ ਪੇਟ ਦੀ ਇੰਟਸਟਾਈਨ ਜਾਂ ਫੈਟ ਬਾਹਰ ਆਉਂਦਾ, ਉਹਦੇ ਕਰਕੇ ਉਹ ਸਵੈਲਿੰਗ ਹੋ ਜਾਂਦੀ ਹੈ। ਜਦੋਂ ਅਸੀਂ ਲੇਟਦੇ ਹਾਂ, ਉਹ ਇੰਟਸਟਾਈਨ ਵਾਪਸ ਪੇਟ ਦੇ ਅੰਦਰ ਚਲੀ ਜਾਂਦੀ ਹੈ, ਅਤੇ ਉਹ ਜਿਹੜੀ ਸਵੈਲਿੰਗ ਸਾਨੂੰ ਲੱਗਦਾ ਕਿ ਗਾਇਬ ਹੋ ਜਾਂਦੀ ਹੈ। ਜੇ ਹਰਨੀਆ ਥੋੜ੍ਹਾ ਜੇ ਵੱਡਾ ਹੋ ਜਾਏਗਾ, ਉਹਦੇ ਨਾਲ ਥੋੜ੍ਹੀ ਪਹਿਲਾਂ ਡਲ ਏਕਿੰਗ ਪੇਨ, ਥੋੜ੍ਹੀ ਪੇਨ ਹੋਣੀ ਸ਼ੁਰੂ ਹੋਏਗੀ, ਹੋਰ ਫਰਦਰ ਐਡਵਾਂਸ ਕਰੇਗਾ ਤਾਂ ਸੀਵੀਅਰ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਦੇ ਜਿਹੜੀ ਕੰਪਲੀਕੇਸ਼ਨਸ ਹੈ ਜਿਹੜੀਆਂ ਹੈਗੀਆਂ ਨੇ ਹਰਨੀਆਸ ਦੀਆਂ, ਇਹ ਕਈ ਵਾਰੀ ਬੜੀਆਂ ਸੀਵੀਅਰ ਹੋ ਸਕਦੀਆਂ। ਇਸੇ ਕਰਕੇ ਅਸੀਂ ਆਮ ਤੌਰ 'ਤੇ ਜਦੋਂ ਵੀ ਅਸੀਂ ਸਰਜਨ ਕੋਲ, ਡਾਕਟਰ ਕੋਲ ਜਾਓਗੇ, ਤਾਂ ਅਸੀਂ ਕਹਿੰਦੇ ਹਰਨੀਆ ਦਾ ਓਪਰੇਸ਼ਨ ਕਰਵਾ ਲਓ। ਇਸ ਕਰਕੇ ਕਹੀਦਾ ਕਿਉਂਕਿ ਆਮ ਤੌਰ 'ਤੇ ਜਿਹੜੀ ਇਹ ਹੋਲ ਹੈ ਉਹਦੇ ਵਿੱਚ ਇੰਟਸਟਾਈਨ ਆਉਂਦੀ ਹੈ, ਆਪਾਂ ਲੇਟਦੇ ਹਾਂ ਉਹ ਵਾਪਸ ਚਲੀ ਜਾਂਦੀ ਹੈ। ਕਈ ਵਾਰ ਇਹ ਕੀ ਹੁੰਦਾ ਕਿ ਇੰਟਸਟਾਈਨ ਆ ਕੇ ਉਹਦੇ ਵਿੱਚ ਉਹ ਫਸ ਜਾਏਗੀ, ਜਿਹਨੂੰ ਅਸੀਂ ਕਹਿੰਦੇ ਕਿ ਹਰਨੀਆ ਓਬਸਟ੍ਰਕਟ ਹੋ ਗਿਆ। ਓਬਸਟ੍ਰਕਸ਼ਨ ਦੇ ਨਾਲ ਫੂਡ ਦੇ ਥਰੂ ਪਾਸ ਨਹੀਂ ਹੋਏਗਾ, ਵੋਮਿਟਿੰਗ ਹੋ ਸਕਦੀ ਹੈ, ਪੇਨ ਸੀਵੀਅਰ ਹੋਏਗੀ, ਕੁਛ ਖਾਧਾ ਪੀਤਾ ਨਹੀਂ ਜਾਏਗਾ। ਐਂਡ ਜੇ ਉਹਦਾ ਅਰਜੈਂਟ ਇਮੀਡੀਏਟ ਓਪਰੇਸ਼ਨ 4 ਤੋਂ 6 ਘੰਟੇ 'ਚ ਨਹੀਂ ਜੇ ਕਰਾਇਆ ਜਾਂਦਾ, ਤਾਂ ਉਹ ਸਟੈਂਗੂਲੇਟ ਹੋ ਜਾਂਦੀ ਹੈ। ਸਟੈਂਗੂਲੇਟ ਮਤਲਬ ਕਿ ਉਸ ਏਰੀਏ ਦੀ, ਉਸ ਇੰਟਸਟਾਈਨ ਦੀ ਬਲੱਡ ਸਪਲਾਈ ਰੁਕ ਜਾਏਗੀ, ਉਹ ਏਰੀਆ ਗਲ ਸਕਦਾ, ਫਟ ਸਕਦਾ, ਉਹਦੇ ਨਾਲ ਸੈਪਸਿਸ ਹੋ ਸਕਦਾ, ਬਾਕੀ ਸਾਰੇ ਔਰਗਨ ਇਨਵੋਲਵ ਹੋ ਸਕਦੇ ਨੇ ਨਾਲ ਉਹਦੇ। ਐਂਡ ਪੇਟ ਦਾ ਉਸ ਵੇਲੇ ਜੇ ਓਪਰੇਸ਼ਨ ਕਰਾਂਗੇ ਓਬਸਟ੍ਰਕਸ਼ਨ ਦੇ ਵਿੱਚ, ਪੇਟ ਦਾ ਵੱਡਾ ਓਪਰੇਸ਼ਨ ਕਰਨਾ ਪਏਗਾ, ਪੂਰਾ ਖੋਲ੍ਹ ਕੇ ਇੰਟਸਟਾਈਨ ਜੇ ਖਰਾਬ ਹੋਈ, ਉਹਨੂੰ ਕੱਟ ਕੇ ਨਵਾਂ ਜੋੜ ਪਾਉਣਾ ਪਏਗਾ। ਇਟਸ ਵੈਰੀ ਕੰਪਲੀਕੇਟਡ ਸਰਜਰੀ ਐਂਡ ਲਾਈਫ ਥ੍ਰੈਟਨਿੰਗ ਆਲਸੋ। ਤੋ ਇਸ ਕਰਕੇ ਸਾਨੂੰ ਇਹ ਕੰਪਲੀਕੇਸ਼ਨ ਆਉਣ ਤੋਂ ਪਹਿਲਾਂ ਹਰਨੀਆ ਦਾ ਟ੍ਰੀਟਮੈਂਟ ਕਰਵਾਉਣਾ ਚਾਹੀਦਾ। ਡਾਇਗਨੋਸਿਸ ਕਰਨ ਦੇ ਲਈ ਆਮ ਤੌਰ 'ਤੇ ਕਲੀਨਿਕਲ ਡਾਇਗਨੋਸਿਸ ਹੁੰਦਾ,
ਤੁਹਾਡੇ ਡਾਕਟਰ ਦੇਖ ਕੇ ਤੁਹਾਨੂੰ ਦੱਸ ਸਕਦੇ ਨੇ ਕਿ ਹਰਨੀਆ ਹੈਗਾ। ਕਈ ਵਾਰੀ ਓਬੀਸ ਪੇਸ਼ੈਂਟ ਜਿਹੜੇ ਜ਼ਿਆਦਾ ਮੋਟੇ ਨੇ ਉਹਨਾਂ 'ਚ ਡਾਇਗਨੋਸਿਸ ਕਨਫਰਮ ਕਰਨ ਲਈ ਸਾਨੂੰ ਅਲਟਰਾਸਾਊਂਡ ਕਰਾਉਣਾ ਪੈ ਸਕਦਾ ਹੈ, ਜਾਂ ਪੇਟ ਦੇ ਅੰਦਰ ਕੋਈ ਨਾਲ ਐਸੋਸੀਏਟਡ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਪੇਟ ਦੇ ਵਿੱਚ ਪਾਣੀ ਤਾਂ ਨਹੀਂ ਹੈਗਾ, ਉਹਨਾਂ ਚੀਜ਼ਾਂ ਨੂੰ ਦੇਖਣ ਲਈ ਅਲਟਰਾਸਾਊਂਡ ਸੀ ਟੀ ਸਕੈਨ ਤੁਹਾਡੇ ਡਾਕਟਰ ਤੁਹਾਨੂੰ ਐਡਵਾਈਸ ਕਰ ਸਕਦੇ ਨੇ। ਟ੍ਰੀਟਮੈਂਟ ਇਹਦਾ ਇਹੀ ਹੁੰਦਾ ਕਿ ਜਿਹੜਾ ਅਸੀਂ ਉਹ ਓਪਨ ਹੋਲ ਹੈ ਇਹਦਾ ਮੈਡੀਕਲ, ਪਹਿਲੇ ਤਾਂ ਮੈਡੀਕਲ ਟ੍ਰੀਟਮੈਂਟ ਕੋਈ ਨਹੀਂ ਹੈ, ਕਿਸੇ ਮੈਡੀਸਨ ਦੇ ਨਾਲ ਹਰਨੀਆਂ ਠੀਕ ਨਹੀਂ ਹੋ ਸਕਦਾ। ਮੈਡੀਸਨ ਟੈਂਪਰੇਰੀ ਕੋਈ ਦੇ ਸਕਦਾ ਹੈ ਫੋਰ ਪੇਨ, ਪਰ ਮੈਡੀਸਨ ਦਾ ਕੋਈ ਟ੍ਰੀਟਮੈਂਟ ਨਹੀਂ ਹੈਗਾ, ਓਪਰੇਸ਼ਨ ਹੀ ਇਹਦਾ ਇੱਕੋ ਇੱਕ ਹੱਲ ਹੈ। ਓਪਰੇਸ਼ਨ ਦੇ ਦੌਰਾਨ ਜਿਹੜੀ ਉਹ ਵੀਕਨੈਸ ਹੋਈ ਹੈ ਜਾਂ ਜਿਹੜਾ ਹੋਲ ਬਣਿਆ ਹੋਇਆ ਉਹਨੂੰ ਪਹਿਲਾਂ ਜਿਹੜੀ ਇੰਟਸਟਾਈਨ ਬਾਹਰ ਆਈ ਹੈ ਉਹਨੂੰ ਵਾਪਸ ਪੇਟ ਦੇ ਅੰਦਰ ਪਾਇਆ ਜਾਂਦਾ, ਉਹ ਜਿਹੜੀ ਓਪਨਿੰਗ ਹੈ ਉਹਨੂੰ ਸਟਿਚਿਜ ਨਾਲ ਬੰਦ ਕੀਤਾ ਜਾਂਦਾ, ਐਂਡ ਜੇ ਲੋਡ ਲੱਗਦੀ ਹੈ ਹਰਨੀਆਂ ਦੇ ਡਾਕਟਰ ਡਿਸਾਈਡ ਕਰਨਗੇ ਉਹਦੇ ਨਾਲ ਮੈਸ਼ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਏਰੀਆ ਨੂੰ ਸਟਰੋਂਗ ਕਰਨ ਲਈ ਮੈਸ਼ ਨਾਲ ਜਿਹਨੂੰ ਆਮ ਭਾਸ਼ਾ ਜਾਲੀ ਕਹਿੰਦੇ ਹਾਂ ਉਹ ਨਾਲ ਪਾਈ ਜਾਂਦੀ ਹੈ। ਓਪਰੇਸ਼ਨ ਫਿਰ ਦੋ ਤਰੀਕੇ ਨਾਲ ਕੀਤਾ ਜਾ ਸਕਦਾ, ਹਰਨੀਆਂ ਓਪਨ ਸਰਜਰੀ ਹੈ ਦੈਨ ਲੈਪਰੋਸਕੋਪਿਕਲੀ ਕੀਤਾ ਜਾਂਦਾ, ਜ਼ਿਆਦਾਤਰ ਸੈਂਟਰ ਦੇ ਵਿੱਚ ਅੱਜ ਕੱਲ੍ਹ ਲੈਪਰੋਸਕੋਪੀ ਦੇ ਡੈਫੀਨੇਟਲੀ ਫਾਇਦਾ ਹੈਗੇ ਨੇ, ਪੇਨ ਘੱਟ ਹੈ ਐਂਡ ਪੇਸ਼ੈਂਟ ਜਲਦੀ ਕੰਮ ਕਰਦਾ ਜਾ ਸਕਦਾ ਹੈ, ਇਨਫੈਕਸ਼ਨ ਰੇਟ ਘੱਟ ਹੈ, ਅਤੇ ਸਾਰੇ ਜਿਹੜੇ ਬੈਨੀਫਿਟਸ ਨੇ ਉਹ ਲੈਪਰੋਸਕੋਪੀ ਸਰਜਰੀ ਦੇ ਹੁੰਦੇ ਨੇ। ਪਰ ਕਈ ਹਰਨੀਆਂ ਤੋਂ ਵੱਡੇ ਹੋਣ, ਕੰਪਲੀਕੇਟਡ ਹੋਣ, ਉਹਨਾਂ 'ਚ ਲੈਪਰੋਸਕੋਪੀ ਸਰਜਰੀ ਪੋਸੀਬਲ ਨਹੀਂ ਹੁੰਦੀ ਹੈ, ਤੁਹਾਡੇ ਡਾਕਟਰ ਤੁਹਾਨੂੰ ਬੈਟਰ ਦੱਸ ਸਕਦੇ ਨੇ ਕਿ ਅਸੀਂ ਓਪਨ ਕਰ ਸਕਦੇ ਹਾਂ ਜਾਂ ਲੈਪਰੋਸਕੋਪੀਕਲੀ ਇਹਦੀ ਰਿਪੇਅਰ ਕਰ ਸਕਦੇ ਹਾਂ। ਤੋ ਪਰ ਸਰਜਰੀ ਕਰਵਾਉਣਾ ਜ਼ਰੂਰੀ ਹੈ ਹਰਨੀਆਂ ਦੇ ਵਿੱਚ। ਲਾਸਟ ਵਿੱਚ ਹਰਨੀਆਂ ਨੂੰ ਅਸੀਂ ਪ੍ਰੀਵੈਂਟ ਕਿੱਦਾਂ ਕਰ ਸਕਦੇ ਹਾਂ ਕਿ ਹਰਨੀਆਂ ਹੋਏ ਹੀ ਨਾ? ਜੇ ਤਾਂ ਦੇਖੋ ਕੰਜਨੈਟਲ ਵੀਕਨੈਸ ਹੈ ਉਹਦਾ ਅਸੀਂ ਕੁਛ ਨਹੀਂ ਕਰ ਸਕਦੇ, ਪਰ ਜਿਹੜੇ ਪ੍ਰੀਡਿਸਪੋਜ਼ਿੰਗ ਕਾਜ਼ਸ ਨੇ ਉਹਨਾਂ ਨੂੰ ਅਸੀਂ ਠੀਕ ਕਰ ਸਕਦੇ ਹਾਂ। ਫਰੂਟਸ ਖਾਓ, ਵੈਜੀਟੇਬਲ ਜ਼ਿਆਦਾ ਖਾਓ ਤਾਂ ਕਿ ਕੌਂਸਟੀਪੇਸ਼ਨ ਨਹੀਂ ਹੋਏ, ਕੌਂਸਟੀਪੇਸ਼ਨ ਤੋਂ ਅਸੀਂ ਬਚੇ ਰਹਾਂਗੇ ਤਾਂ ਹਰਨੀਆਂ ਹੋਣ ਦੇ ਚਾਂਸਿਸ ਘੱਟ ਹੋਣਗੇ। ਜੇ ਕਿਸੇ ਨੂੰ ਪੁਰਾਣੀ ਖਾਂਸੀ ਹੈ ਉਹ ਚੈਸਟ ਵਾਲੇ ਡਾਕਟਰ ਸਾਹਿਬ ਨੂੰ ਦਿਖਾਉਣਾ ਚਾਹੀਦਾ ਹੈ ਤਾਂ ਕਿ ਉਹਦੀ ਟ੍ਰੀਟਮੈਂਟ ਹੋ ਸਕੇ। ਖਾਂਸੀ ਨਾ ਰਹੇ, ਸਮੋਕਿੰਗ, ਜਿਹੜੇ ਸਮੋਕ ਕਰਦੇ ਨੇ ਉਹਨਾਂ ਨੂੰ ਸਮੋਕਿੰਗ ਬੰਦ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੀ ਉਹਦੇ ਨਾਲ ਐਸੋਸੀਏਟਡ ਕਫ ਹੈ ਉਹ ਨਹੀਂ ਹੋ ਸਕੇ। ਐਂਡ ਦੈਨ ਆਪਣੀ ਨਿਊਟ੍ਰੀਸ਼ਨ ਚੰਗੀ ਰੱਖਣੀ ਚਾਹੀਦੀ ਹੈ, ਓਬੈਸਿਟੀ ਤੋਂ ਬਚਣਾ ਚਾਹੀਦਾ ਹੈ, ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਮੋਟਾਪੇ ਤੋਂ ਕਿੱਦਾਂ ਬਚਣਾ ਹੈ, ਐਂਡ ਡਾਇਟਿੰਗ ਐਂਡ ਐਕਸਰਸਾਈਜ਼ ਐਟ ਆਲ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਂਗੇ ਤਾਂ ਹਰਨੀਆਂ ਨੂੰ ਕਾਫੀ ਹੱਦ ਤੱਕ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ। ਥੈਂਕ ਯੂ।